ਐਸੀ ਮਿਕਨਾਤੀਸੀ ਸ਼ਖਸੀਅਤ ਦਾ ਕਿਵੇਂ ਜਨਮ ਹੋਇਆ ਅਤੇ ਕਿਸ ਸੰਸਥਾ ਨੇ ਇਹਨਾਂ ਨੂੰ ਉਭਾਰਿਆ, ਉਹ ਸੰਸਥਾ ਹੈ ਦਮਦਮੀ ਟਕਸਾਲ, ਇਹ ਕਦੋਂ ਹੋਣ ਵਿੱਚ ਆਈ ਅਤੇ ਇਹਦੇ ਵਿੱਚ ਕਿਹਨਾਂ ਕਿਹਨਾਂ ਮਹਾਂਪੁਰਖਾਂ ਨੇ ਕੀ ਯੋਗਦਾਨ ਪਾਇਆ, ਇਹ ਵਾਰਤਾ ਤਰਲੋਚਨ ਸਿੰਘ ਭੁਮੰਦੀ ਦਾ ਢਾਡੀ ਜਥਾ, ਬਲਦੇਵ ਸਿੰਘ ਸੁਪੜਾ ਯਾਰੀ ਕਲਾਂ, ਦਰਸ਼ਨ ਸਿੰਘ ਬਲ ਮੁੱਲਾ ਪਰਦਾਖੇ ਅਤੇ ਸੁਰੰਗੀ ਮਾਸਟਰ ਕੁਲਵਿੰਦਰ ਸਿੰਘ ਘੁੰਮਣ ਚੱਲ ਵਾਲਾ ਹੈ ਇੰਝ ਦੱਸਦੇ ਹਨ। ਸਚਖੰਡ ਲਾਇਆ ਹੈ, ਸਚਖੰਡ ਲਾਇਆ ਹੈ।
ਸੱਚ ਦਾ ਬਿਆਨ ਹੈ।